ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਛਾਉਣੀ ਵਿੱਚ ਇੱਕ ਔਰਤ ਨੇ ਕਬਜ਼ਾ ਕੀਤਾ ਹੋਇਆ ਬਿਲਡਿੰਗ ਤੇ ਉਹ ਰਸਤਾ ਗੁਰੂ ਘਰ ਤੋਂ ਬੰਦ ਕੀਤਾ ਹੋਇਆ। ਅੱਜ ਜੋ ਉਸ ਮੁਹੱਲੇ ਦੀਆਂ ਬੀਬੀਆਂ ਜਾਂ ਬੰਦੇ ਆਉਂਦੇ ਸੀ ਮੱਥਾ ਟੇਕਣ ਵਾਸਤੇ ਉਹਨਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਮੈਂ ਵੇਚਣਾ ਥਾ ਇਹ ਤਾਂ ਮੈਂ ਸਾਰਾ ਥਾਂ ਵੇਚਣਾ ਮੇਰਾ ਥਾਂ ਕਰਦੇ ਵਗਪੁਰ ਦਾ ਥਾਂ ਆਓ ਕੀ ਜਿੱਤਰੀ ਇਸ ਤੋਂ ਆਏ ਆ ਸਾਨੂੰ ਗੁਰਦੁਆਰੇ ਨੂੰ ਜਾਣ ਦਿੱਤਾ ਜਾ ਰਿਹਾ ਸੀ ਇੱਥੋਂ ਮੰਦਭਾਗੀ ਗੱਲ ਕੀ ਗੱਲ ਹੋ ਸਕਦੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਗੁਰੂ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ ਜੇ ਜੋ ਕਿ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਛਾਉਣੀ ਵਿੱਚ ਇੱਕ ਔਰਤ ਨੇ ਕਬਜ਼ਾ ਕੀਤਾ ਹੋਇਆ ਬਿਲਡਿੰਗ ਤੇ ਉਹ ਰਸਤਾ ਗੁਰੂ ਘਰ ਤੋਂ ਬੰਦ ਕੀਤਾ ਹੋਇਆ। ਅੱਜ ਸਿੱਖ ਜਥੇਬੰਦੀਆਂ ਰਸਤਾ ਖਲਾਉਣ ਵਾਸਤੇ ਚੱਲੀਆਂ ਸੀ ਪਰ ਪ੍ਰਸ਼ਾਸਨ ਨੇ ਇੱਥੇ ਸਾਨੂੰ ਰੋਕਿਆ ਹੈ। ਸਾਡੇ ਕੋਲ ਉਹਦਾ ਕੋਰਟ ਦੇ ਆਰਡਰ ਵੀ ਨੇ ਕੋਰਟ ਦਾ ਸਟੇਅ ਵੀ ਆ ਸਾਰਾ ਕੁਛ ਹੈਗਾ ਹੈ ਫਿਰ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਉਹ ਰਸਤਾ ਨਹੀਂ ਖਲਾਇਆ। ਗੁਰੂ ਘਰ ਦਾ ਬੰਦ ਸੰਗਤਾਂ ਉੱਪਰ ਦੀ ਲੰਘ ਜਾਂਦੀਆਂ ਨੇ ਕਈ ਔਰਤਾਂ ਡਿੱਗ ਪਈਆਂ ਨੇ। ਕਿੰਨੀ ਦੇਰ ਤੋਂ ਬੰਦ ਰਹੇ? ਇਹ ਬੰਦ ਉਹਨੂੰ ਬੜੇ ਮੈਂ ਨਾ ਕਦੋਂ ਸ਼੍ਰੋਮਣੀ ਕਮੇਟੀ 2012 ਦਾ ਕਬਜ਼ਾ ਦਿੱਤਾ ਪਹਿਲੋਂ ਕਾਫੀ ਚਿਰ ਦਾ ਰਸਤਾ ਬੰਦ ਕੀਤਾ ਉਹਨੇ ਇਸ ਕਰਕੇ ਅੱਜ ਸਾਰੀ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਗੁਰੂ ਗ੍ਰੰਥ ਸੰਸਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕ ਦਲ ਏਕ ਨੂਰ ਖਾਲਸਾ ਫੌਜ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਆ ਗ੍ਰੰਥੀ ਸਭਾ ਸਾਰੀਆਂ ਭਾਈ ਪਹਿਲ ਸਿੰਘ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਗੱਲ ਕਰ ਰਹੇ ਜੀ। ਤੁਹਾਡੇ ਕੋਲ ਆਰਡਰ ਕੋਡੋ ਲਵਾਏ ਆ ਜੀ? ਕੋਡ ਮੋਡੇ ਆਰਡਰ ਹੈ ਸਾਰਾ ਕੁਝ ਕੋਰਟ ਦੇ ਆਰਡਰ ਆਵੇ ਕੋਰਟ ਦੇ ਆਰਡਰ ਸਾਰਾ ਕੁਝ ਸਾਰਾ ਕੁਝ ਹੈਗਾ ਜੀ। ਸਾਨੂੰ ਐਫੀਡੇਵਿਟ ਲਿਖ ਕੇ ਦੇ ਦੇਈਏ ਜਥੇਬੰਦੀਆਂ ਨੂੰ ਕਿ ਮੈਥੋਂ ਸੰਭਾਲ ਨਹੀਂ ਹੁੰਦੀ ਔਰ ਮੇਰੀ ਨੂੰਹ ਮੇਰੇ ਕਹਿਣ ਤੋਂ ਬਾਹਰ ਹੈ ਇਸ ਤਰ੍ਹਾਂ ਗੁਰਦੁਆਰਾ ਸੰਭਾਲ ਕਰ ਲਈ। ਅਸੀਂ ਜਦੋਂ ਇੰਸਪੈਕਸ਼ਨ ਕੀਤੀ ਜਾ ਕੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਕੋਲੇ ਉਹ ਲੜਕੀ ਨੇ ਕਮਰੇ ਬਣਾਏ ਹੋਏ ਆ। ਅਸੀਂ ਤਰਸ ਦੇ ਆਧਾਰ ਤੇ ਸੀ ਚਲੋ ਕੋਈ ਗੱਲ ਨਹੀਂ ਲੇਡੀਜ਼ ਹੈ ਇਹਦੇ ਨਾਲ ਅਸੀਂ ਕੁਛ ਨਹੀਂ ਕਹਿਣਾ ਅਸੀਂ ਕਿਹਾ ਵੀ ਤੂੰ ਚੱਲ ਬੇਟਾ ਰਹੀ ਚੱਲ ਇੱਥੇ ਪਰ ਸੰਗਤਾਂ ਨੂੰ ਆਉਣ ਤੋਂ ਨਾ ਰੋ ਤੇਰੇ ਕਮਰੇ ਪਏ ਰਹੀ ਕਿੰਨਾ ਚਿਰ ਤੂੰ ਰਹਿਣਾ ਰਹੀ ਚੱਲ ਜਦੋਂ ਤੂੰ ਆਪਣਾ ਬਾਹਰ ਜਾਣਾ ਕਿਤੇ ਵੀ ਜਾਣਾ ਛੱਡ ਕੇ ਚਲੇ ਜਾਓ। ਉਦੋਂ ਥੋੜ੍ਹੀ ਦੇਰ ਠਹਿਰ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉੱਥੇ ਕੰਧ ਕਰ ਦਿੱਤੀ। ਜੋ ਉਸ ਮੁਹੱਲੇ ਦੀਆਂ ਬੀਬੀਆਂ ਜਾਂ ਬੰਦੇ ਆਉਂਦੇ ਸੀ ਮੱਥਾ ਟੇਕਣ ਵਾਸਤੇ ਉਹਨਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਕੰਧ ਕੱਢੀ ਤੁਸੀਂ ਮਤਲਬ ਰੋਕਿਆ ਨਹੀਂ ਉਹਨੂੰ? ਉਦੋਂ ਕੰਧ ਕੱਢੀ ਅਸੀਂ ਢਾਈ ਮੁੜ ਕੇ ਫਿਰ ਕੱਢਣ ਲਈ ਥੋੜ੍ਹੀ ਕੰਧ ਕੱਢੀ। ਕੰਧ ਉਹਨਾਂ ਵੱਲੋਂ ਕੱਢੀ ਗਈ ਸੀ ਜਾਂ ਤੁਹਾਡੇ ਵੱਲੋਂ? ਉਹਦੇ ਵੱਲੋਂ ਕੱਢੀ ਗਈ ਆ ਸੰਗਤ ਨੂੰ ਰੋਕਿਆ ਗਿਆ। ਜਗਿੰਦਰ ਸਿੰਘ ਜਿੰਦੂ ਤੇ ਰਾਹ ਉਹਦੀ ਸ਼ਾਇਦ ਉੱਤੇ ਕੰਮ ਹੋ ਰਿਹਾ ਸਾਰਾ। ਉਸ ਤੋਂ ਬਾਅਦ ਪ੍ਰਸ਼ਾਸਨ ਕੀ ਕਹਿੰਦੀ ਹੈ ਗੁਰਦੁਆਰੇ ਦਾ ਰਸਤਾ ਕਿੱਧਰੋਂ ਕੱਢੋ ਕਹਿੰਦੀ ਹੈ? ਕਹਿੰਦੀ ਮੈਂ ਵੇਚਣਾ ਥਾਂ ਇਹ ਤਾਂ ਮੈਂ ਸਾਰਾ ਥਾਂ ਵੇਚਣਾ ਮੇਰਾ ਥਾਂ ਜਦਕੇ ਵਗਪੁਰ ਦਾ ਥਾਂ ਉਹ 1947 ਤੋਂ ਪਹਿਲਾਂ ਜਿੱਥੇ ਵੀ ਰਸੀਦ ਸੀ। ਅੱਜ ਤੁਹਾਡੇ ਕੋਲ ਕੋਰਟ ਦੇ ਆਰਡਰ ਨੇ ਜੀ? ਹਾਂ ਬਿਲਕੁਲ ਆਰਡਰ ਹੈਗਾ ਸਾਡੇ ਕੋਲ ਜੀ। ਪ੍ਰਸ਼ਾਸਨ ਸਾਨੂੰ ਲੋਲੀਪੋਪ ਰੋਜ਼ ਦੇ ਦਿੰਦਾ ਪਰਸੋਂ ਆ ਜਾਓ ਸਾਰੇ ਕਾਨੂੰਨ ਸਾਨੂੰ ਨਾ ਉੱਥੇ ਜਾਣ ਦੇ ਰਿਹਾ ਗੁਰਦੁਆਰੇ। ਦੇਖੋ ਲੱਖ ਲਾਣ ਤਾਂ ਸਰਕਾਰਾਂ ਦੇ ਇਹ ਵੀ ਸਾਡੇ ਭਰਾ ਜਿਹੜੇ ਪੱਗਾਂ ਵਾਲੇ ਖੜੇ ਆ ਕਿ ਸਾਨੂੰ ਅਸੀਂ ਸਿੱਖ ਨਹੀਂ ਅਸੀਂ ਦੂਜੇ ਦੇਸ਼ ਤੋਂ ਆਏ ਹਾਂ ਸਾਨੂੰ ਗੁਰਦੁਆਰੇ ਨੂੰ ਜਾਣ ਦਿੱਤਾ ਜਾ ਰਿਹਾ ਸੀ ਇੱਥੋਂ ਮੰਦਭਾਗੀ ਗੱਲ ਕੀ ਗੱਲ ਹੋ ਸਕਦੀ ਪੰਜਾਬ ਦੇ ਵਿੱਚ ਸਿੱਖਾਂ ਨੂੰ ਗੁਰੂ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ। ਦੇਖੋ ਕੀ ਕਹਿੰਦੇ ਕੀ ਮੰਗ ਤੁਹਾਡੀ ਫਿਰ? ਉਹ ਕਹਿ ਰਹੇ ਕਿ ਐਸਐਸਪੀ ਬਾਹਰ ਆ ਕੱਲ ਨੂੰ ਤੁਹਾਨੂੰ ਮਿਲਾ ਦਾਂਗੇ ਕੱਲ 11 ਵਜੇ ਕਰਾ ਦਾਂਗੇ ਜਗਾਰਾ ਛੱਡ ਕੇ ਬਾਬਾ ਗੁਰਦੁਆਰੇ ਪਹਿਲਾਂ ਅਸੀਂ 6 ਮਹੀਨੇ ਦਾ ਚੱਕਰ ਕੱਟਦੇ ਹੋ ਗਿਆ ਪ੍ਰਸ਼ਾਸਨ ਕੋਲੇ 6 ਮਹੀਨੇ ਦਾ ਚੱਕਰ ਕੱਟਦੇ ਨੂੰ ਕੋਰਟ ਦੇ ਆਰਡਰ ਲੈ ਕੇ ਇਹਨਾਂ ਨੂੰ ਦੇ ਦਿੱਤਾ ਸੀ ਕਿ ਆਹ ਦੇਖੋ ਕੋਲੇ ਇਹਨਾਂ ਦਾ ਇੱਥੇ ਕੈਂਟ ਗੁਰਦੁਆਰਾ ਸਾਹਿਬ ਹੈ ਉੱਥੇ ਜਿਹੜੇ ਨੇ ਪਹਿਲਾਂ ਗ੍ਰੰਥੀ ਸਿੰਘ ਸੀ ਉਹ ਕਨੈਕਸ਼ਨ ਉਹਨਾਂ ਨੇ ਆਪਣੇ ਹੋ ਗਏ ਨੇ ਇਹ ਇਕੱਲੇ ਜੀ ਸਾਨੂੰ ਰਾਹ ਦਿਓ ਖੋਲ ਕੇ। ਇਹਨਾਂ ਨੂੰ ਕਿਹਾ ਇਕੱਲੇ ਤੁਸੀਂ ਰਾਹ ਨਹੀਂ ਖੋਲ ਸਕਦੇ ਨਾ ਤੁਹਾਡੇ ਪ੍ਰਸ਼ਾਸਨ ਜਾਊਗਾ ਜੇ ਤੁਹਾਡੇ ਆਰਡਰ ਨੇ ਅਤੇ ਪ੍ਰਸ਼ਾਸਨ ਨਾਲ ਜਾਊਗਾ। ਕੱਲ੍ਹ ਨੂੰ ਸਰ ਸਾਡੇ ਐਸਐਸਪੀ ਸਾਹਿਬ ਹੁੰਦੇ ਨੇ ਇਹਨਾਂ ਨੂੰ ਅਸੀਂ ਟਾਈਮ ਦਿੱਤਾ ਕਿ 5 ਬੰਦੇ ਮੀਟਿੰਗ ਕਰਨਗੇ ਇੱਥੇ 5 ਬੰਦੇ ਸਾਡੇ ਨਾਲ ਜਾਣਗੇ ਸਰ ਦੇ ਨਾਲ ਬੈਠ ਕੇ ਇਹਨਾਂ ਦੀ ਮੀਟਿੰਗ ਕਰਕੇ ਜੋ ਵੀ ਮਸਲਾ ਇਹਨਾਂ ਨਾਲ ਹੱਲ ਕਰਵਾਇਆ ਜਾਏਗਾ ਜੇ ਸਹੀ ਹੋਈ ਤਾਂ। ਕੀ ਵੇਖਣ ਜਾਂਦਾ ਕੌਣ ਸਹੀ ਲੱਗਦਾ ਕੀ? ਇਹ ਤਾਂ ਦੇਖੋ ਜੀ ਇਹ ਕਹਿੰਦੇ ਨੇ ਅਸੀਂ ਸਹੀ ਹਾਂ ਜਿਹੜੇ ਉਹ 40 ਸਾਲ ਤੋਂ ਬੈਠੇ ਨੇ ਉਹ ਕਹਿੰਦੇ ਅਸੀਂ ਸਹੀ ਹਾਂ। ਇਹਨਾਂ ਨੂੰ ਮੁਕਾ ਕੇ ਦੋਨਾਂ ਪਾਰਟੀਆਂ ਨੂੰ ਦੋਸਤ ਜੋ ਸਹੀ ਲੱਗਾ ਕੋਰਟ 'ਚ ਇਹ ਕਹਿੰਦੇ ਨਾ ਕੇਸ ਕਰਦਾ ਸਰ ਸਾਡੇ ਵੀ ਇਹਨਾਂ ਨੂੰ ਕੋਈ ਕਾਗਜ਼ਾਂ ਦੇ ਫੋਟੋ ਫੋਟ ਕੀਤਾ ਨੇ ਸਾਨੂੰ ਦੱਸਿਆ ਵੀ ਦੱਸਦੇ ਹੁਣ ਕੱਲ੍ਹ ਦਾ ਟਾਈਮ ਦਿੱਤਾ ਕੱਲ੍ਹ ਦਾ ਟਾਈਮ ਦੇ ਦੇਵਾਂਗੇ ਦੱਸਦੇ ਅਸੀਂ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਅੱਜ ਅਸੀਂ ਤਿਆਰੀ ਕਰਕੇ ਚੱਲੇ ਸੀ ਰਸਤਾ ਖੁਲਾਉਣ ਵਾਸਤੇ ਇੱਥੇ ਕਿਹੜਾ ਫਿਰੋਜ਼ਪੁਰ ਸ਼ਹਿਰ ਦਾ ਐਸਪੀ ਡੀ ਚੀਮਾ ਸਾਹਿਬ ਗੁਰਮੀਤ ਸਿੰਘ ਚੀਮਾ ਔਰ ਡੀਐਸਪੀ ਪੰਸਲ ਸਾਹਿਬ ਨੇ ਇਹ ਗੱਲ ਕਹੀ ਆ ਵੀ ਕੱਲ੍ਹ ਨੂੰ ਐਸਐਸਪੀ ਨਾਲ ਮੀਟਿੰਗ ਕਰਾ ਕੇ ਇਹ ਰਸਤਾ ਖੁਲਾਵਾਂਗੇ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਜੇ ਕੱਲ੍ਹ 11 ਵਜੇ ਰਸਤਾ ਨਾ ਖੁੱਲਿਆ ਤਾਂ ਕਿਹੜਾ ਉਹਦੀ ਲੜਕੀ ਅਤੇ ਤਿੰਨੇ ਹਲੇ ਲੁਜਾ ਨਜ਼ਰ ਨਿਸ਼ਾਨ ਸਾਹਿਬ ਥੱਲੇ ਲਾਏ ਆ ਉਹ ਪਰਚਾ ਦਰਜ ਨਾ ਹੋਇਆ ਕਿਹੜਾ ਕੈਂਟ ਬੋਰਡ ਨੇ ਚਿੱਠੀ ਕੱਢੀ ਐਸ ਐਸ ਪੀ ਨੂੰ ਉਹਦੇ ਵੀ ਪੂਰੀ ਕਾਰਵਾਈ ਨਾ ਹੋਈ ਤਾਂ ਕੱਲ੍ਹ ਫਿਰ ਸਾਰੀਆਂ ਜਥੇਬੰਦੀਆਂ ਮੋਰਚਾ ਲਾਉਣਗੀਆਂ ਇੱਥੇ ਵੱਡੇ ਲੈਵਲ 'ਤੇ ਅਤੇ ਉਹ ਰਸਤਾ ਵੀ ਖੁਲਾਵਾਂਗੇ ਅਤੇ ਗੁਰੂ ਘਰ ਸਾਰੀ ਜੋ ਮਰਿਆਦਾ ਉੱਥੇ ਬਹਾਲ ਕਰਾਵਾਂਗੇ।